ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣੇ ਸਾਇੰਸ ਵਿਸ਼ੇ ਦੀ ਟਰਮ 2 ਦੀ ਪ੍ਰੀਖਿਆ ਦੀ ਤਿਆਰੀ ਦੇ ਲਈ ਰਿਵੀਜ਼ਨ ਗੈਸ ਪੇਪਰ 3 ਸੋਲਵ ਕਰਾਂਗੇ ਤਾਂ ਬੱਚੇ ਦੇਖੋ ਇਹ ਪੇਪਰ ਆ ਜਿਹੜਾ ਇਹ ਆਪਣਾ 2 ਘੰਟੇ ਦਾ ਹੋਏਗਾ ਤੇ ਕੁੱਲ 40 ਅੰਕ ਦਾ ਇਹ ਪੇਪਰ ਹੋਏਗਾ ਤਾਂ ਪਹਿਲਾਂ ਆਪਾਂ ਕਰਦੇ ਹਾਂ ਭਾਗ ੳ ਭਾਗ ਊੜੇ ਦੇ ਵਿੱਚ ਬੱਚੇ ਤੁਹਾਨੂੰ ਪੰਜ ਪ੍ਰਸ਼ਨ ਪੁੱਛੇ ਜਾਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੈ ਉਹ 2 ਨੰਬਰ ਦਾ ਹੋਏਗਾ ਤਾਂ ਬੱਚੇ ਭਾਗ ਊੜੇ ਦੇ ਵਿੱਚ ਦੇਖੋ ਪਹਿਲਾ ਪ੍ਰਸ਼ਨ ਕੀ ਖਾਰੀ ਘੋਲਾਂ ਵਿੱਚ ਐਚ ਪੋਜ਼ੀਟਿਵ ਆਇਨ ਵੀ ਹੁੰਦੇ ਹਨ ਜੇਕਰ ਹਾਂ ਤਾਂ ਉਹ ਖਾਰੀ ਕਿਉਂ ਹੁੰਦੇ ਹਨ ਹਾਂਜੀ ਬੱਚੇ ਖਾਰੀ ਘੋਲਾਂ ਦੇ ਵਿੱਚ ਐਚ ਪੋਜ਼ੀਟਿਵ ਆਇਨ ਵੀ ਹੁੰਦੇ ਹਨ ਖਾਰੀ ਘੋਲਾਂ ਦੇ ਵਿੱਚ ਐਚ ਪੋਜ਼ਿਟਿਵ ਦੀ ਸੰਗਣਤਾ ਜਿਹੜੀ ਉਹ OH ਨੈਗੇਟਿਵ ਨਾਲੋਂ ਘੱਟ ਹੁੰਦੀ ਹੈ ਇਸ ਲਈ ਉਹ ਖਾਰੀ ਹੁੰਦੇ ਹਨ ਹਾਂਜੀ ਅਗਲਾ ਪ੍ਰਸ਼ਨ ਦੇਖੋ ਖਣਿਜ ਤੋਂ ਕੀ ਭਾਵ ਹੈ ਹਾਂਜੀ ਖਣਿਜ ਕੀ ਹੁੰਦੇ ਨੇ ਪ੍ਰithvi ਦੀ ਪੇਪੜੀ ਵਿੱਚ ਕੁਦਰਤੀ ਤੌਰ ਤੇ ਮਿਲਣ ਵਾਲੇ ਤੱਤ ਜਾਂ ਯੋਗਿਕਾ ਨੂੰ ਖਣਿਜ ਕਹਿੰਦੇ ਹਨ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਆਕਸੀਜਨ ਅਤੇ ਇਥਾਈਨ ਦੇ ਮਿਸ਼ਰਣ ਨੂੰ ਵੈਲਡਿੰਗ ਕਰਨ ਲਈ ਜਲਾਇਆ ਜਾਂਦਾ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਇਥਾਈਨ ਅਤੇ ਹਵਾ ਦੇ ਮਿਸ਼ਰਣ ਦਾ ਉਪਯੋਗ ਕਿਉਂ ਨਹੀਂ ਕੀਤਾ ਜਾਂਦਾ ਹਾਂਜੀ ਇਹਦਾ ਜਵਾਬ ਕੀ ਹੈ ਬੱਚੇ ਦੇਖੋ ਆਕਸੀਜਨ ਦੀ ਮੌਜੂਦਗੀ ਵਿੱਚ ਇਥਾਈਨ ਦਾ ਪੂਰਨ ਦહન ਹੁੰਦਾ ਹੈ ਜੋ ਸਾਫ਼ ਨੀਲੇ ਰੰਗ ਦੀ ਲੋ ਨੂੰ ਪੈਦਾ ਕਰਦਾ ਹੈ ਇਥਾਈਨ ਅਤੇ ਹਵਾ ਦਾ ਮਿਸ਼ਰਣ ਇਸ ਲਈ ਉਪਯੋਗ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਘੱਟ ਤਾਪਮਾਨ ਦੀ ਲੋ ਪੈਦਾ ਕਰਦਾ ਹੈ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ਹਾਂਜੀ ਬੱਚਿਓ ਦਿਮਾਗ ਦਾ ਕਿਹੜਾ ਭਾਗ ਹੈ ਜਿਹੜਾ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈਗਾ ਉਸ ਦਾ ਨਾਮ ਹੈ ਸੈਰੀਬੈਲਮ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਗੁਣਸੂਤਰਾ ਤੋਂ ਕੀ ਭਾਵ ਹੈ ਹਾਂਜੀ ਗੁਣਸੂਤਰ ਕੀ ਹੁੰਦੇ ਨੇ ਸੈੱਲ ਦੇ ਕੇਂਦਰ ਵਿੱਚ ਮਹੀਨ ਲੰਬੀਆਂ ਜਾਲੀ ਰੂਪੀ ਰਚਨਾਵਾਂ ਹੁੰਦੀਆਂ ਹਨ ਇਹਨਾਂ ਰਚਨਾਵਾਂ ਨੂੰ ਗੁਣਸੂਤਰ ਕਹਿੰਦੇ ਹਨ ਗੁਣਸੂਤਰ ਨਿਊਕਲੀਓ ਪ੍ਰੋਟੀਨ ਦੇ ਬਣੇ ਹੁੰਦੇ ਨੇ ਇਹ ਤਿੰਨ ਪ੍ਰਕਾਰ ਦੇ ਹੁੰਦੇ ਨੇ ਲਿੰਗੀ ਗੁਣਸੂਤਰ ਅਲਿੰਗੀ ਗੁਣਸੂਤਰ ਅਤੇ ਸਮਜਾਤੀ ਗੁਣਸੂਤਰ ਤਾਂ ਬੱਚੇ ਇਸ ਤੋਂ ਬਾਅਦ ਆਪਣਾ ਅਗਲਾ ਭਾਗ ਹੈ ਭਾਗ ਆੜਾ ਇਸ ਭਾਗ ਦੇ ਵਿੱਚ 6 ਪ੍ਰਸ਼ਨ ਹੋਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੈ ਉਹ 3 ਨੰਬਰ ਦਾ ਹੋਏਗਾ ਤਾਂ ਬੱਚੇ ਪਹਿਲਾ ਪ੍ਰਸ਼ਨ ਦੇਖੋ ਤੇਜਾਬ ਨੂੰ ਹਲਕਾ ਕਰਦੇ ਸਮੇਂ ਇਹ ਕਿਉਂ ਸਲਾਹ ਦਿੱਤੀ ਜਾਂਦੀ ਹੈ ਕਿ ਤੇਜਾਬ ਨੂੰ ਪਾਣੀ ਵਿੱਚ ਪਾਉਣਾ ਚਾਹੀਦਾ ਹੈ ਨਾ ਕਿ ਪਾਣੀ ਨੂੰ ਤੇਜਾਬ ਵਿੱਚ ਹਾਂਜੀ ਆਪਾਂ ਨੂੰ ਇਹ ਸਲਾਹ ਕਿਉਂ ਦਿੱਤੀ ਜਾਂਦੀ ਹੈਗੀ ਕਿ ਤੇਜਾਬ ਨੂੰ ਜੇ ਆਪਾਂ ਨੇ ਹਲਕਾ ਕਰਨਾ ਹੈਗਾ ਤਾਂ ਸਾਨੂੰ ਤੇਜਾਬ ਨੂੰ ਪਾਣੀ ਵਿੱਚ ਪਾਉਣਾ ਚਾਹੀਦਾ ਹੈ ਨਾ ਕਿ ਪਾਣੀ ਨੂੰ ਤੇਜਾਬ ਵਿੱਚ ਹਾਂਜੀ ਇਹਦਾ ਕਾਰਨ ਕੀ ਹੈ ਪਾਣੀ ਵਿੱਚ ਤੇਜਾਬ ਘੋਲਣ ਦੀ ਕਿਰਿਆ ਬਹੁਤ ਤਾਪ ਨਿਕਾਸੀ ਹੈ ਇਸ ਲਈ ਤੇਜਾਬ ਨੂੰ ਪਾਣੀ ਵਿੱਚ ਹਿਲਾਉਂਦੇ ਹੋਏ ਹੌਲੀ-ਹੌਲੀ ਘੋਲਿਆ ਜਾਂਦਾ ਹੈ ਕਿਉਂਕਿ ਪਾਣੀ ਤਾਪ ਊਰਜਾ ਨੂੰ ਸੋਖ ਲੈਂਦਾ ਹੈ ਜੇਕਰ ਅਸੀਂ ਪਾਣੀ ਨੂੰ ਤੇਜਾਬ ਵਿੱਚ ਪਾਵਾਂਗੇ ਤਾਂ ਵੱਧ ਤਾਪ ਊਰਜਾ ਕਾਰਨ ਮਿਸ਼ਰਣ ਦੇ ਛਿੱਟੇ ਬਾਹਰ ਆ ਸਕਦੇ ਹਨ ਅਤੇ ਕੱਚ ਦਾ ਬਰਤਨ ਹੈ ਜਿਹੜਾ ਉਹ ਵੀ ਟੁੱਟ ਸਕਦਾ ਹੈ हां जी बच्चे अगला प्रश्न देखो हां जी अगला प्रश्न है साबण द्वारा सफाई ਕਰਨ ਦੀ ਕਿਰਿਆ ਵਿਧੀ ਦੀ ਵਿਆਖਿਆ ਕਰੋ ਤਾਂ ਬੱਚੇ ਜਿਹੜਾ ਸਾਬਣ ਹੈ ਉਹ ਕੱਪੜੇ ਨੂੰ ਕਿਸ ਤਰ੍ਹਾਂ ਸਾਫ਼ ਕਰਦਾ ਹੈ हां जी ਦੇਖੋ ਇਹਦਾ ਉੱਤਰ ਕੀ ਹੈ ਸਾਬਣ ਦੇ ਅਣੂ ਦੇ ਦੋ ਸਿਰੇ ਹੁੰਦੇ ਨੇ ਇੱਕ ਆਇਨੀ ਸਿਰਾ ਪਾਣੀ ਵਿੱਚ ਘੁਲਣ ਵਾਲਾ ਜਿਸ ਨੂੰ ਜਲ ਸਨੇਹੀ ਕਹਿੰਦੇ ਆ ਅਤੇ ਦੂਜਾ ਹਾਈਡਰੋਕਾਰਬਨ ਲੜੀ ਵਾਲਾ ਸਿਰਾ ਜੋ ਪਾਣੀ ਵਿੱਚ ਨਹੀਂ ਘੁਲਦਾ ਜਿਸ ਨੂੰ ਕੀ ਅਸੀਂ ਜਲ ਵਿਰੋਧੀ ਕਹਿੰਦੇ ਹਾਂ ਕਈ ਅਣੂ ਆਪਣੇ ਆਪ ਨੂੰ ਇਸ ਤਰ੍ਹਾਂ ਸਥਾਪਿਤ ਕਰ ਲੈਂਦੇ ਹਨ ਕਿ ਮੈਲ ਵਾਲੇ ਪਾਸੇ ਜਲ ਵਿਰੋਧੀ ਸਿਰੇ ਅਤੇ ਜਲ ਸਨੇਹੀ ਸਿਰੇ ਬਾਹਰ ਵੱਲ ਪਾਣੀ ਵਿੱਚ ਘੁਲ ਜਾਂਦੇ ਹਨ ਇਸ ਤਰ੍ਹਾਂ ਬਣੇ ਸਾਬਣ ਦੇ ਅਣੂਆਂ ਦੇ ਗੁੱच्छੇ ਨੂੰ ਮਿਸਾਲ ਕਹਿੰਦੇ ਹਨ ਇਸ ਮਿਸਾਲ ਨੂੰ ਪਾਣੀ ਵਿੱਚੋਂ ਮੈਲ ਸਮੇਤ ਬਾਹਰ ਕੱਢਣ ਲਈ ਅਸੀਂ ਕੱਪੜਿਆਂ ਤੇ ਕਿਸੇ ਵੀ ਤਰ੍ਹਾਂ ਦਾ ਬਲ ਲਗਾਉਂਦੇ ਹਾਂ ਇਸ ਤਰ੍ਹਾਂ ਸਾਬਣ ਵਿੱਚੋਂ ਮੈਲ ਬਾਹਰ ਨਿਕਲ ਜਾਂਦੀ ਹੈ ਹਾਂਜੀ ਬੱਚੇ ਹੁਣ ਅਸੀਂ ਸਾਬਣ ਦੀ ਸਫਾਈ ਕਿਰਿਆ ਨੂੰ ਸਮਝਣ ਦੇ ਲਈ ਇਸ ਚਿੱਤਰ ਨੂੰ ਦੇਖਦੇ ਹਾਂ ਬੱਚੇ ਅਸੀਂ ਜਾਣਦੇ ਹਾਂ ਕਿ ਸਾਬਣ ਜਿਹੜਾ ਸਾਬਣ ਦਾ ਅਣੂ ਹੈ ਜਿਹੜਾ ਉਹਦੇ ਦੋ ਸਿਰੇ ਹੁੰਦੇ ਨੇ ਇੱਕ ਤਾਂ ਆਇਨੀ ਸਿਰਾ ਜਿਹੜਾ ਕਿ ਪਾਣੀ ਵਿੱਚ ਘੁਲਣਸ਼ੀਲ ਹੈ ਇਸ ਨੂੰ ਅਸੀਂ ਜਲਸਨੇਹੀ ਸਿਰਾ ਕਹਿੰਦੇ ਹਾਂ ਤੇ ਦੂਜਾ ਸਿਰਾ ਕਿਹੜਾ ਹੈਗਾ ਦੂਜੀ ਹੁੰਦੀ ਹੈ ਹਾਈਡਰੋਕਾਰਬਨ ਲੜੀ ਇਹ ਜਲ ਵਿਰੋਧੀ ਸਿਰਾ ਹੁੰਦਾ ਹੈਗਾ ਇਹ ਪਾਣੀ ਦੇ ਵਿੱਚ ਨਹੀਂ ਘੁਲਦਾ ਤਾਂ ਦੇਖੋ ਆ ਇੱਕ ਕੱਪੜਾ ਹੈਗਾ ਤੇ ਕੱਪੜੇ ਉੱਤੇ ਇਹ ਕੀ ਹੈਗਾ ਦਾਗ ਲੱਗਿਆ ਹੋਇਆ ਹੈਗਾ ਤਾਂ ਬੱਚੇ ਜਦੋਂ ਅਸੀਂ ਕੱਪੜੇ ਦੇ ਉੱਪਰ ਸਾਬਣ ਲਗਾਉਨੇ ਆ ਤਾਂ ਸਾਬਣ ਦਾ ਜਿਹੜਾ ਜਲ ਵਿਰੋਧੀ ਸਿਰਾ ਹੁੰਦਾ ਹੈਗਾ ਉਹ ਮੈਲ ਦੇ ਅੰਦਰ ਚਲਾ ਜਾਂਦਾ ਹੈਗਾ ਤੇ ਇਹਦਾ ਜਲ ਸਨੇਹੀ ਸਿਰ ਹੈਗਾ ਉਹ ਕਿੱਥੇ ਹੈਗਾ ਉਹ ਪਾਣੀ ਦੇ ਵਿੱਚ ਚਲਾ ਜਾਂਦਾ ਹੈਗਾ ਤਾਂ ਇਸ ਤਰ੍ਹਾਂ ਜਿਹੜਾ ਤਾਂ ਜਲ ਵਿਰੋਧੀ ਸਿਰ ਹੈਗਾ ਉਹ ਮੈਲ ਦੇ ਵਿੱਚ ਤੇ ਜਿਹੜਾ ਜਲ ਸਨੇਹੀ ਸਿਰ ਹੈਗਾ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਹੈਗਾ ਤਾਂ ਦਾਗ ਦੇ ਆਲੇ ਦੁਆਲੇ ਇਸ ਤਰ੍ਹਾਂ ਇਹ ਇੱਕ ਰਚਨਾ ਬਣ ਜਾਂਦੀ ਹੈ ਇਸ ਰਚਨਾ ਨੂੰ ਕੀ ਕਹਿੰਦਾ ਬੱਚੇ ਮਿਸਾਲੇ ਤਾਂ ਫਿਰ ਅਸੀਂ ਕੀ ਕਰਦੇ ਆਂ ਫਿਰ ਅਸੀਂ ਕੱਪੜੇ ਦੇ ਨੂੰ ਸਾਬਣ ਲਗਾਉਣ ਤੋਂ ਬਾਅਦ ਅਸੀਂ ਕੱਪੜੇ ਨੂੰ ਰਗੜਦੇ ਆਂ ਜਦੋਂ ਅਸੀਂ ਕੱਪੜੇ ਨੂੰ ਰਗੜਦੇ ਆਂਗੇ ਤਾਂ ਦਾਗ ਹੈ ਜਿਹੜਾ ਉਹ ਪਾਣੀ ਨਾਲ ਦਾਗ ਹੈ ਜਿਹੜਾ ਉਹ ਕੱਪੜੇ ਤੋਂ ਕੀ ਹੈਗਾ ਬਾਹਰ ਆ ਜਾਂਦਾ ਹੈਗਾ ਤਾਂ ਇਸ ਤਰ੍ਹਾਂ ਬੱਚੇ ਜਿਹੜਾ ਸਾਬਣ ਹੈਗਾ ਉਹ ਸਾਡੇ ਕੱਪੜੇ ਉੱਤੋਂ ਦਾਗ ਨੂੰ ਕੀ ਹੈਗਾ ਲਾਹ ਦਿੰਦਾ ਹੈ ਤੇ ਇਸ ਤਰ੍ਹਾਂ ਸਾਡਾ ਕੱਪੜਾ ਜਿਹੜਾ ਹੈਗਾ ਉਹ ਸਾਫ਼ ਹੋ ਜਾਂਦਾ ਹੈ ਹਾਂਜੀ ਬੱਚੇ ਇਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਹੈ ਸਾਡੇ ਸਰੀਰ ਵਿੱਚ ਫੈਟਸ ਜਾਂ ਚਰਬੀ ਦਾ ਪਾਚਨ ਕਿਵੇਂ ਹੁੰਦਾ ਹੈ ਇਹ ਪ੍ਰਕਿਰਿਆ ਕਿੱਥੇ ਹੁੰਦੀ ਹੈ ਹਾਂਜੀ ਦੇਖੋ ਸਾਡੇ ਸਰੀਰ ਵਿੱਚ ਫੈਟਸ ਦਾ ਚਰਬੀ ਦਾ ਪਾਚਨ ਕਿਵੇਂ ਹੁੰਦਾ ਹੈਗਾ ਤੇ ਇਹ ਪ੍ਰਕਿਰਿਆ ਕਿੱਥੇ ਹੁੰਦੀ ਹੈ ਇਹਦਾ ਜਵਾਬ ਦੇਖੋ ਛੋਟੀ ਆਂਦਰ ਵਿੱਚ ਚਰਬੀ ਵੱਡੀਆਂ ਗੋਲੀਆਂ ਦੇ ਰੂਪ ਵਿੱਚ ਹੁੰਦੀ ਹੈ ਪਿੱਤ ਰਸ ਉਨਾਂ ਨੂੰ ਤੋੜ ਕੇ ਛੋਟੀਆਂ ਗੋਲੀਆਂ ਵਿੱਚ ਬਦਲ ਦਿੰਦਾ ਹੈ ਜਿਸ ਨਾਲ ਐਂਜ਼ਾਈਮ ਦੀ ਕਾਰਜਸ਼ੀਲਤਾ ਵੱਧ ਜਾਂਦੀ ਹੈ ਲੂਬਾ ਗ੍ਰੰਥੀ ਲੂਬਾ ਰਸ ਛੱੜਦੀ ਹੈ ਜਿਸ ਵਿੱਚ ਚਰਬੀ ਦੇ ਪਾਚਨ ਲਈ ਲਾਈਪੇਸ ਐਂਜ਼ਾਈਮ ਹੁੰਦਾ ਹੈ ਛੋਟੀ ਆਂਦਰ ਦੀਆਂ ਕੰਧਾਂ ਵਿੱਚ ਗ੍ਰੰਥੀਆਂ ਹੁੰਦੀਆਂ ਹਨ ਜੋ ਆਂਦਰ ਰਸ ਛੱੜਦੀਆਂ ਹਨ ਇਸ ਵਿੱਚ ਮੌਜੂਦ ਐਨਜ਼ਾਈਮ ਅੰਤ ਵਿੱਚ ਫੈਟਸ ਨੂੰ ਕਿਸ ਵਿੱਚ ਬਦਲ ਦਿੰਦਾ ਬੱਚੇ ਫੈਟੀ ਤਿਜ਼ਾਬਾਂ ਅਤੇ ਗਲਿਸਰੋਲ ਵਿੱਚ ਬਦਲ ਦਿੰਦੇ ਹਨ ਇਹ ਪ੍ਰਕਿਰਿਆ ਕਿੱਥੇ ਵਾਪਰਦੀ ਹੈ ਇਹ ਪ੍ਰਕਿਰਿਆ ਛੋਟੀ ਆਂਦਰ ਵਿੱਚ ਹੁੰਦੀ ਹੈ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਕਿਸੇ ਸਹਾਰੇ ਦੇ ਚੌਹਾਂ ਪਾਸਿਆਂ ਵੱਲ ਤੰਦੜੀਆਂ ਦੇ ਵਾਧੇ ਵਿੱਚ ਆਕਸੀਨ ਕਿਵੇਂ ਸਹਾਇਤਾ ਕਰਦਾ ਹੈ ਜੀ ਬੱਚੇ ਇਹਦਾ ਉੱਤਰ ਦੇਖੋ ਜਦੋਂ ਵਾਧਾ ਕਰਦੇ ਪੌਦੇ ਨੂੰ ਪ੍ਰਕਾਸ਼ ਮਿਲਦਾ ਹੈ ਤਦ ਆਕਸੀਨ ਹਾਰਮੋਨ ਕੁੰਬਲਾਂ ਦੇ ਸਿਰਿਆਂ ਵਿੱਚ ਬਣਦਾ ਹੈ ਅਤੇ ਸੈੱਲਾਂ ਨੂੰ ਲੰਬਾਈ ਵਿੱਚ ਵਾਧਾ ਕਰਨ ਵਿੱਚ ਸਹਾਇਕ ਹੁੰਦਾ ਹੈ ਜਦੋਂ ਪੌਦੇ ਉੱਤੇ ਇੱਕ ਦਿਸ਼ਾ ਤੋਂ ਪ੍ਰਕਾਸ਼ ਆ ਰਿਹਾ ਹੁੰਦਾ ਹੈ ਤਾਂ ਆਕਸੀਨ ਪਸਰਿਤ ਹੋ ਕੇ ਛਾਂ ਵਾਲੇ ਭਾਗ ਵਿੱਚ ਆ ਜਾਂਦਾ ਹੈ ਇਸ ਨਾਲ ਪੌਦਾ ਪ੍ਰਕਾਸ਼ ਵੱਲ ਮੁੜਦਾ ਵਿਖਾਈ ਦਿੰਦਾ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਅਲਿੰਗੀ ਪ੍ਰਜਨਨ ਪ੍ਰਕਿਰਿਆ ਦੇ ਮੂਢਲੇ ਗੁਣ ਕਿਹੜੇ-ਕਿਹੜੇ ਹਨ ਹਾਂਜੀ ਅਲਿੰਗੀ ਪ੍ਰਜਨਨ ਪ੍ਰਕਿਰਿਆ ਦੇ ਮੂਢਲੇ ਗੁਣ ਕਿਹੜੇ ਨੇ ਇਸ ਪ੍ਰਜਨਨ ਪ੍ਰਕਿਰਿਆ ਵਿੱਚ ਨਰ ਅਤੇ ਮਾਦਾ ਦੀ ਲੋੜ ਨਹੀਂ ਹੁੰਦੀ ਇਸ ਪ੍ਰਕਿਰਿਆ ਵਿੱਚ ਨਿਸ਼ੇਚਨ ਪ੍ਰਕਿਰਿਆ ਨਹੀਂ ਹੁੰਦੀ। ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ। ਮੈਂਡਲ ਦੇ ਪ੍ਰਯੋਗ ਤੋਂ ਕਿਵੇਂ ਪਤਾ ਲੱਗ ਸਕਦਾ ਹੈ ਕਿ ਭਿੰਨ ਲੱਛਣ ਸੁਤੰਤਰ ਰੂਪ ਵਿੱਚ ਅਨੁਵੰਸ਼ਿਕ ਹੁੰਦੇ ਹਨ? ਹਾਂਜੀ ਅਸੀਂ ਮੈਂਡਲ ਦੇ ਪ੍ਰਯੋਗ ਤੋਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਭਿੰਨ ਲੱਛਣ ਸੁਤੰਤਰ ਰੂਪ ਵਿੱਚ ਅਨੁਵੰਸ਼ਿਕ ਹੁੰਦੇ ਹਨ? ਹਾਂਜੀ ਇਹਦਾ ਉੱਤਰ ਦੇਖੋ। ਮੈਂਡਲ ਨੇ ਗੋਲ ਹਰੇ ਬੀਜ ਵਾਲੇ ਪੌਦੇ ਅਤੇ ਝੁਰੜੀਦਾਰ ਪੀਲੇ ਬੀਜਾਂ ਵਾਲੇ ਪੌਦਿਆਂ ਦਾ ਪ੍ਰਾਗਣ ਕਰਾਇਆ ਤਾਂ ਜਿਹੜੀ ਪਹਿਲੀ ਜਨਰੇਸ਼ਨ ਸੀ ਜਿਹੜੀ ਪਹਿਲੀ ਪੀੜੀ ਸੀ F1 ਪੀੜੀ ਦੇ ਸਾਰੇ ਪੌਦੇ ਹਰੇ ਅਤੇ ਗੋਲ ਬੀਜਾਂ ਵਾਲੇ ਕੈਪੀਟਲ R স্মॉल R ਕੈਪੀਟਲ Y স্মॉल Y ਸਨ ਕਿਉਂਕਿ ਹਰਾ ਰੰਗ ਅਤੇ ਗੋਲ ਬੀਜ ਪ੍ਰਭਾਵੀ ਲੱਛਣ ਹਨ ਤਾਂ ਜਦੋਂ ਮੈਂਡਲ ਨੇ F1 ਸੰਤਾਨ ਦੇ ਸਵੈ ਪ੍ਰਾਗਣ ਤੋਂ F2 ਪੀੜੀ ਦੀ ਸੰਤਾਨ ਪ੍ਰਾਪਤ ਕੀਤੀ ਤਾਂ ਉਸਨੇ 9:3:3:1 ਦੇ ਅਨੁਪਾਤ ਵਿੱਚ ਗੋਲ ਪੀਲੇ ਬੀਜ, ਗੋਲ ਹਰੇ ਬੀਜ, ਝੁਰੜੀਆਂ ਵਾਲੇ ਪੀਲੇ ਬੀਜ ਅਤੇ ਝੁਰੜੀਆਂ ਵਾਲੇ ਹਰੇ ਬੀਜ ਪ੍ਰਾਪਤ ਕੀਤੇ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੇ ਲੱਛਣ ਸੁਤੰਤਰ ਰੂਪ ਵਿੱਚ ਅਨੁਵਾਂਸ਼ਿਕ ਹੁੰਦੇ ਹਨ ਹਾਂਜੀ ਬੱਚੇ ਇਸ ਤੋਂ ਬਾਅਦ ਆ ਗਿਆ ਆਪਣਾ ਭਾਗ ਈਡੀ ਤਾਂ ਬੱਚੇ ਇਸ ਭਾਗ ਦੇ ਵਿੱਚ ਤੁਹਾਨੂੰ 6 ਪ੍ਰਸ਼ਨ ਦਿੱਤੇ ਹੋਣਗੇ ਤੇ ਉਹਨਾਂ 6 ਪ੍ਰਸ਼ਨਾਂ ਦੇ ਵਿੱਚੋਂ ਤੁਸੀਂ 3 ਪ੍ਰਸ਼ਨ ਕਰਨੇ ਹੋਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੋਊਗਾ ਉਹ 4 ਨੰਬਰ ਦਾ ਹੋਏਗਾ ਤਾਂ ਦੇਖੋ ਭਾਗ ਈਡੀ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਬਣਦੇ ਨੇ ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਕਰੋ ਹੁਣ ਆਪਾਂ ਨੇ ਧਾਤਾਂ ਅਤੇ ਅਧਾਤਾਂ ਨੂੰ ਦੇਖਣਾਗਾ ਕਿ ਇਹ ਇੱਕ ਦੂਜੇ ਤੋਂ ਕਿਸ ਤਰ੍ਹਾਂ ਭਿੰਨ ਨੇ ਇਹਨਾਂ ਦੇ ਰਸਾਇਣਿਕ ਗੁਣਾਂ ਦੇ ਆਧਾਰ ਤੇ ਤਾਂ ਦੇਖੋ ਬੱਚੇ ਪਹਿਲਾਂ ਧਾਤਾਂ ਗੱਨੀ ਆਉਣਿਆ ਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਖਾਰੇ ਆਕਸਾਈਡ ਬਣਾਉਂਦੀਆਂ ਹਨ ਜਦਕਿ ਜਿਹੜੀਆਂ ਅਧਾਤਾਂ ਨੇ ਅਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਉਦਾਸੀਨ ਅਤੇ ਤੇਜ਼ਾਬੀ ਆਕਸਾਈਡ ਬਣਾਉਂਦੀਆਂ ਹਨ। ਤਾਤਾਂ ਪਤਲੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਵਿਸਥਾਪਿਤ ਕਰਦੀਆਂ ਹਨ। ਜਦਕਿ ਜਿਹੜੀਆਂ ਅਧਾਤਾਂ ਨੇ ਇਹ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਨੂੰ ਵਿਸਥਾਪਿਤ ਨਹੀਂ ਕਰਦੀਆਂ। ਤਾਤਾਂ ਕਲੋਰਿਨ ਨਾਲ ਕਿਰਿਆ ਕਰਕੇ ਆਇਨੀ ਕਲੋਰਾਈਡ ਬਣਾਉਂਦੀਆਂ ਹਨ। ਜਰਕੇ ਆ ਧਾਤਾਂ ਕਲੋਰੀਨ ਨਾਲ ਕਿਰਿਆ ਕਰਕੇ ਸਹਿ ਸੰਯੋਗੀ ਕਲੋਰਾਇਡ ਬਣਾਉਂਦੀਆਂ ਹਨ ਧਾਤਾਂ ਹਾਈਡਰੋਜਨ ਨਾਲ ਕਿਰਿਆ ਕਰਕੇ ਆਇਨੀ ਹਾਈਡਰਾਇਡ ਬਣਾਉਂਦੀਆਂ ਹਨ ਜਰਕੇ ਆ ਧਾਤਾਂ ਹਾਈਡਰੋਜਨ ਨਾਲ ਕਿਰਿਆ ਕਰਕੇ ਸਹਿ ਸੰਯੋਗੀ ਹਾਈਡਰਾਇਡ ਬਣਾਉਂਦੀਆਂ ਹਨ ਹਾਂਜੀ ਅਗਲਾ ਪੁਆਇੰਟ ਹੈ ਧਾਤਾਂ ਲਘੂਕਾਰਕ ਹੁੰਦੀਆਂ ਹਨ ਭਾਅ ਤਾਤਾਂ ਇਲੈਕਟ੍ਰੋਨਾਂ ਨੂੰ ਛੱਡ ਸਕਦੀਆਂ ਹਨ ਜਦ ਕਿ ਅ ਤਾਤਾਂ ਜਿਹੜੀਆਂ ਅ ਤਾਤਾਂ ਆਕਸੀਕਾਰਕ ਹੁੰਦੀਆਂ ਹਨ ਭਾਵ ਅ ਤਾਤਾਂ ਇਲੈਕਟ੍ਰੋਨਾਂ ਨੂੰ ਪ੍ਰਾਪਤ ਕਰ ਸਕਦੀਆਂ ਹਨ ਹਾਂਜੀ ਬੱਚੇ ਇਸ ਤੋਂ ਬਾਅਦ ਚੁਆਇਸ ਵਾਲਾ ਦੂਸਰਾ ਪ੍ਰਸ਼ਨ ਹੈ ਹੇਠ ਲਿਖੇ ਪਦਾਂ ਦੀ ਪਰਿਭਾਸ਼ਾ ਦਿਓ ਤਾਂ ਇਹ ਜਿਹੜੀਆਂ টারਮਸ ਦਿੱਤੀਆਂ ਨੇ ਇਹਨਾਂ ਦੀ ਆਪਾਂ ਨੇ ਪਰਿਭਾਸ਼ਾ ਦੇਣੀ ਹੈ ਪਹਿਲਾ ਹੈਗਾ ਖਣਿਜ ਹਾਂਜੀ ਖਣਿਜ ਕੀ ਹੁੰਦਾ ਹੈ? ਪ੍ਰithvi ਦੀ ਪੇਪੜੀ ਵਿੱਚ ਕੁਦਰਤੀ ਤੌਰ ਤੇ ਮਿਲਣ ਵਾਲੇ ਤੱਤ ਜਾਂ ਯੋਗਿਕਾਂ ਨੂੰ ਖਣਿਜ ਆਖਦੇ ਹਨ। ਹਾਂਜੀ ਉਸ ਤੋਂ ਬਾਅਦ ਹੈ ਕੱਚੀ ਧਾਤ ਜਿਨ੍ਹਾਂ ਖਣਿਜਾਂ ਵਿੱਚ ਧਾਤ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਜਿਨ੍ਹਾਂ ਵਿੱਚੋਂ ਧਾਤ ਦਾ ਨਿਸ਼ਕਰਸ਼ਣ ਲਾਹੇਵੰਦ ਢੰਗ ਨਾਲ ਕੀਤਾ ਜਾ ਸਕਦਾ ਹੈ ਉਸ ਨੂੰ ਕੱਚੀ ਧਾਤ ਕਹਿੰਦੇ ਹਨ ਹਾਂਜੀ ਬੱਚੇ ਇਸ ਤੋਂ ਬਾਅਦ ਅੱਗੇ ਹੈ ਗੈਂਗ ਗੈਂਗ ਕੀ ਹੁੰਦਾ ਹੈ ਕੱਚੀ ਧਾਤ ਵਿੱਚ ਮੌਜੂਦ ਮਿੱਟੀ ਅਤੇ ਰੇਤ ਵਰਗੀਆਂ ਅਸ਼ੁੱਧੀਆਂ ਨੂੰ ਗੈਂਗ ਕਹਿੰਦੇ ਹਨ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਫੇਫੜਿਆਂ ਵਿੱਚ ਐਲਵੀਓਲਾਈ ਅਤੇ ਗੁਰਦਿਆਂ ਵਿੱਚ ਨੇਫਰੋਨ ਦੇ ਕੰਮ ਦੀ ਤੁਲਨਾ ਬਣਤਰ ਅਤੇ ਕਾਰਜ ਦੇ ਆਧਾਰ ਤੇ ਕਰੋ ਹੁਣ ਇੱਕ ਪਾਸੇ ਆਪਾਂ ਲਿਖ ਲਾਂਗੇ ਐਲਵੀਓਲਾਈ ਤੇ ਦੂਸਰੇ ਪਾਸੇ ਲਿਖਾਂਗੇ ਨੇਫਰੋਨ ਪਹਿਲਾ ਦੇਖੋ ਐਲਵੀਓਲਾਈ ਇਹ ਫੇਫੜਿਆਂ ਦੀ ਕਾਰਜ ਕਰਨ ਵਾਲੀ ਇਕਾਈ ਹੈ ਜਦਕਿ ਨੇਫਰੋਨ ਹੈ ਜਿਹੜੀ ਇਹ ਗੁਰਦਿਆਂ ਦੀ ਕਾਰਜ ਕਰਨ ਵਾਲੀ ਇਕਾਈ ਹੈ ਐਲਵੀਓਲਾਈ ਨੇ ਜਿਹੜੇ ਇਹ ਇੱਕ ਫੇਫੜੇ ਵਿੱਚ ਲਗਭਗ 30 ਕਰੋੜ ਐਲਵੀਓਲਾਈ ਹੁੰਦੇ ਹਨ ਜਰਕੀ ਇੱਕ ਗੁਰਦੇ ਵਿੱਚ ਲਗਭਗ 10 ਲੱਖ ਨੇਫਰੋਨ ਹੁੰਦੇ ਹਨ ਐਲਵੀਓਲਾਈ ਗੈਸਾਂ ਦੇ ਵਟਾਂਦਰੇ ਲਈ ਵਧੇਰੇ ਸਤ੍ਹਾ ਖੇਤਰਫਲ ਪ੍ਰਦਾਨ ਕਰਦੇ ਹਨ ਜਰਕੀ ਨੇਫਰੋਨ ਨੇ ਜਿਹੜੇ ਇਹਨਾਂ ਦਾ ਖੇਤਰਫਲ ਵਧੇਰੇ ਨਹੀਂ ਹੁੰਦਾ ਐਲਵੀਓਲਾਈ ਇਹ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਵਟਾਂਦਰਾ ਕਰਦੇ ਹਨ ਜਦਕਿ ਜਿਹੜੇ ਨੇਫਰੋਨ ਨੇ ਇਹ ਪਾਣੀ ਅਤੇ ਲੂਣਾਂ ਦੀ ਮਾਤਰਾ ਨੂੰ ਕੰਟਰੋਲ ਕਰਦੇ ਹਨ ਹਾਂਜੀ ਬੱਚੇ ਇਸ ਤੋਂ ਬਾਅਦ ਚੁਆਇਸ ਵਾਲਾ ਦੂਸਰਾ ਕੁਐਸਚਨ ਹੈ ਜਿਹੜਾ ਉਹ ਦੇਖੋ ਮਨੁੱਖੀ ਮਨੁੱਖ ਅੰਦਰ ਲਹੂ ਗੇੜ ਪ੍ਰਣਾਲੀ ਵਿੱਚ ਦੋਹਰੇ ਚੱਕਰ ਦੀ ਵਿਆਖਿਆ ਕਰੋ ਇਹ ਕਿਉਂ ਜ਼ਰੂਰੀ ਹੈ ਹਾਂਜੀ ਮਨੁੱਖ ਦੇ ਅੰਦਰ ਲਹੂ ਦੀ ਕਿਹੜੀ ਪ੍ਰਣਾਲੀ ਹੈ ਦੋ ਦੋਹਰੀ ਪ੍ਰਣਾਲੀ ਹੈ ਤਾਂ ਇੱਕ ਦੋਹਰੀ ਪ੍ਰਣਾਲੀ ਕੀ ਹੁੰਦੀ ਹੈ ਇਸ ਦੀ ਆਪਾਂ ਨੇ ਵਿਆਖਿਆ ਕਰਨੀ ਹੈ ਤੇ ਇਹ ਕਿਉਂ ਜ਼ਰੂਰੀ ਹੈ ਹਾਂਜੀ ਦੇਖੋ ਬੱਚੇ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਦਿਲ ਵਿੱਚ ਦੋ ਵਾਰੀ ਚੱਕਰ ਕੱਟਦਾ ਹੈ ਇਸ ਨੂੰ ਦੋਹਰੀ ਲਹੂ ਗੇੜ ਪ੍ਰਣਾਲੀ ਕਹਿੰਦੇ ਹਨ ਆਕਸੀਜਨ ਯੁਕਤ ਲਹੂ ਫੇਫੜਿਆਂ ਤੋਂ ਪਤਨੀਆਂ ਕੰਦਾਂ ਵਾਲੇ ਖੱਬੇ ਔਰੀਕਲ ਵਿੱਚ ਜਾਂਦਾ ਹੈ ਫੇਰ ਖੱਬਾ ਔਰੀਕਲ ਸੰਗੜਦਾ ਹੈ ਤਾਂ ਖੱਬਾ ਵੈਂਟਰੀਕਲ ਫੈਲਦਾ ਹੈ ਅਤੇ ਲਹੂ ਉਸ ਵਿੱਚ ਦਾਖਲ ਹੋ ਜਾਂਦਾ ਹੈ ਜਦੋਂ ਖੱਬਾ ਵੈਂਟਰੀਕਲ ਸੰਗੜਦਾ ਹੈ ਤਾਂ ਲਹੂ ਸਰੀਰ ਦੇ ਵੱਖ-ਵੱਖ ਭਾਗਾਂ ਵੱਲ ਪੰਪ ਹੋ ਜਾਂਦਾ ਹੈ ਹੁਣ ਸੱਜਾ ਔਰੀਕਲ ਫੈਲਦਾ ਹੈ ਤਾਂ ਸਰੀਰ ਤੋਂ ਆਕਸੀਜਨ ਰਹਿਤ ਲਹੂ ਸੱਜੇ ਔਰੀਕਲ ਵਿੱਚ ਆ ਜਾਂਦਾ ਹੈ ਜਿਵੇਂ ਹੀ ਸੱਜਾ ਔਰੀਕਲ ਸੰਗੜਦਾ ਹੈ ਤਾਂ ਸੱਜਾ ਵੈਂਟ੍ਰਿਕਲ ਫੈਲ ਜਾਂਦਾ ਹੈ ਇਸ ਨਾਲ ਆਕਸੀਜਨ ਰਹਿਤ ਲਹੂ ਸੱਜੇ ਵੈਂਟ੍ਰਿਕਲ ਵਿੱਚ ਚਲਾ ਜਾਂਦਾ ਹੈ ਸੱਜਾ ਵੈਂਟ੍ਰਿਕਲ ਲਹੂ ਨੂੰ ਆਕਸੀਜਨ ਲੈਣ ਲਈ ਫੇਫੜਿਆਂ ਵੱਲ ਪੰਪ ਕਰ ਦਿੰਦਾ ਹੈ ਮਨੁੱਖ ਵਿੱਚ ਦੋਹਰੀ ਲਹੂਗ੍ਰੇੜ ਪ੍ਰਣਾਲੀ ਇਸ ਲਈ ਜ਼ਰੂਰੀ ਹੈ ਤਾਂ ਜੋ ਆਕਸੀਜਨ ਯੁਕਤ ਲਹੂ ਅਤੇ ਆਕਸੀਜਨ ਰਹਿਤ ਲਹੂ ਆਪਸ ਵਿੱਚ ਰਲ ਨਾ ਸਕੇ ਅਤੇ ਵੱਧ ਊਰਜਾ ਦੀ ਲੋੜ ਪੂਰੀ ਕਰਨ ਲਈ ਵੱਧ ਆਕਸੀਜਨ ਸਾਰੇ ਭਾਗਾਂ ਤੱਕ ਪਹੁੰਚਦੀ ਰਹੇ ਹਾਂਜੀ ਬੱਚੇ ਹੁਣ ਆਪਾਂ ਮਨੁੱਖ ਵਿੱਚ ਦੋਹਰੀ ਲਹੂ ਗੇੜ ਪ੍ਰਣਾਲੀ ਨੂੰ ਇਸ ਚਿੱਤਰ ਦੀ ਸਹਾਇਤਾ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਦੇਖੋ ਬੱਚੇ ਹੁਣ ਪਹਿਲਾ ਜਿਹੜਾ ਹੈਗਾਗਾ ਫੇਫੜੇ ਨੇ ਜਿਹੜੇ ਫੇਫੜਿਆਂ ਰਾਹੀਂ ਅਸੀਂ ਸਾਹ ਘਰਿਆ ਕਰਦੇ ਆਂ ਤਾਂ ਫੇਫੜਿਆਂ ਰਾਹੀਂ ਜਦੋਂ ਅਸੀਂ ਸਾਹ ਅੰਦਰ ਲੈਂਦੇ ਆਂ ਤਾਂ ਉਹ ਜਿਹੜੀ ਆਕਸੀਜਨ ਹੈ ਉਹ ਸਾਹ ਰਾਹੀਂ ਸਾਡੇ ਫੇਫੜਿਆਂ ਦੇ ਵਿੱਚ ਦਾਖਲ ਹੁੰਦੀ ਹੈ ਤੇ ਫੇਫੜਿਆਂ ਦੀਆਂ ਜਿਹੜੀਆਂ ਐਲਵੀਓਲਾਈਜ਼ ਨੇ ਐਲਵੀਓਲਾਈ ਤੋਂ ਜਿਹੜੀਆਂ ਲਹੂ ਦੀਆਂ ਨਾੜੀਆਂ ਨੇ ਆਪਣੀਆਂ ਉਹ ਨਾੜੀਆਂ ਫੇਫੜਿਆਂ ਦੇ ਵਿੱਚੋਂ ਆਕਸੀਜਨ ਲੈ ਲੈਂਦੀਆਂ ਨੇ ਤੇ ਫੇਫੜਾ ਸ਼ੀਰਾਵਾਂ ਤੋਂ ਜਿਹੜਾ ਹੋ ਆਕਸੀਜਨ ਯੁਕਤ ਲਹੂ ਹੈ ਉਹ ਦਿਲ ਦੇ ਖੱਬੇ ਔਰੀਕਲ ਦੇ ਵਿੱਚ ਆ ਜਾਂਦਾ ਹੈ ਤਾਂ ਦਿਲ ਦੇ ਖੱਬੇ ਔਰੀਕਲ ਤੋਂ ਜਿਹੜਾ ਲਹੂ ਹੈ ਉਹ ਦਿਲ ਦੇ ਖੱਬੇ ਵੈਂਟਰੀਕਲ ਦੇ ਵਿੱਚ ਚਲਾ ਜਾਂਦਾ ਹੈਗਾ ਜਦੋਂ ਦਿਲ ਆ ਜਿਹੜਾ ਸਾਡਾ ਉਹ ਖੂਨ ਨੂੰ ਪੰਪ ਕਰਦਾ ਹੈਗਾ ਤੇ ਖੱਬਾ ਔਰੀਕਲ ਜਦੋਂ ਸੰਗੜਦਾ ਤਾਂ ਉਹ ਲਹੂ ਆ ਜਿਹੜਾ ਹੋ ਦਿਲ ਦੇ ਖੱਬੇ ਵੈਂਟਰੀਕਲ ਦੇ ਵਿੱਚ ਚਲਾ ਜਾਂਦਾ ਹੈ ਤੇ ਜਦੋਂ ਦਿਲ ਦਾ ਖੱਬਾ ਵੈਂਟਰੀਕਲ ਸੰਗੜਦਾ ਤਾਂ ਉਹ ਜਿਹੜਾ ਲਹੂ ਹੈ ਸਰੀਰ ਦੇ ਵਿੱਚ ਭੇਜਿਆ ਜਾਂਦਾ ਹੈਗਾ ਤਤਮਣੀਆਂ ਰਾਹੀਂ ਉਹ ਲਹੂ ਹੈ ਜਿਹੜਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਭੇਜਿਆ ਜਾਂਦਾ ਹੈਗਾ ਤਤਮਣੀਆਂ ਤੋਂ ਉਹ ਜਿਹੜਾ ਲਹੂ ਹੈ ਉਹ ਕੋਸ਼ਿਕਾਵਾਂ ਨੂੰ ਦੇ ਦਿੱਤਾ ਜਾਂਦਾ ਹੈ ਤੇ ਜਿਹੜੀਆਂ ਕੋਸ਼ਿਕਾਵਾਂ ਨੇ ਜਿਹੜੀਆਂ ਇਹ ਸਰੀਰ ਦੇ ਸਾਰੇ ਭਾਗਾਂ ਨੂੰ ਜਿਹੜਾ ਆਕਸੀਜਨ ਯੁਕਤ ਲਹੂ ਆ ਉਹ ਸਪਲਾਈ ਕਰਦੀਆਂ ਨੇ ਤੇ ਸਰੀਰ ਦੇ ਜਿਹੜੇ ਸਾਰੇ ਅੰਗ ਨੇ ਉਹ ਇਸ ਆਕਸੀਜਨ ਯੁਕਤ ਲਹੂ ਨੂੰ ਆਪਣੇ ਕਾਰਜ ਦੇ ਲਈ ਵਰਤਦੇ ਨੇ ਤੇ ਇਸ ਕਾਰ ਦੇ ਦੌਰਾਨ ਬੱਚੇ ਫालतू ਗੈਸ ਪੈਦਾ ਹੁੰਦੀ ਹੈ ਜਿਹੜੀ ਹੁੰਦੀ ਹੈਗੀ ਕਾਰਬਨ ਡਾਈਆਕਸਾਈਡ ਤੇ ਫਿਰ ਇਹ ਕੋਸ਼ਿਕਾਵਾਂ ਨੇ ਜਿਹੜੀਆਂ ਸਰੀਰ ਦੇ ਸਾਰੇ ਭਾਗਾਂ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਲਹੂ ਦੇ ਵਿੱਚ ਭੇਜ ਦਿੰਦੀਆਂ ਨੇ ਤੇ ਫਿਰ ਉਹ ਜਿਹੜਾ ਕਾਰਬਨ ਡਾਈਆਕਸਾਈਡ ਯੁਕਤ ਲਹੂ ਹੈ ਉਹ ਅ ਦਿਲ ਦੇ ਸੱਜੇ ਔਰੀਕਲ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਦਿਲ ਦਾ ਇਹ ਸੱਜਾ ਔਰੀਕਲ ਸੰਗਰਦਾ ਹੈਗਾ ਤਾਂ ਉਹ ਕਾਰਬਨ ਡਾਈਆਕਸਾਈਡ ਯੁਕਤ ਲਹੂ ਕਿਥੇ ਭੇਜ ਦਿੱਤਾ ਜਾਂਦਾ ਹੈ ਦਿਲ ਦੇ ਸੱਜੇ ਵੈਂਟਰੀਕਲ ਦੇ ਵਿੱਚ ਤੇ ਜਦੋਂ ਸੱਜਾ ਵੈਂਟਰੀਕਲ ਸੰਗੜਦਾ ਤਾਂ ਉਹ ਜਿਹੜਾ ਕਾਰਬਨ ਡਾਈਆਕਸਾਈਡ ਯੁਕਤ ਲਹੂ ਹੈ ਉਹ ਫੇਫੜਾ ਤਮਣੀਆ ਰਾਹੀਂ ਜਿਹੜਾ ਉਹ ਕਾਰਬਨ ਡਾਈਆਕਸਾਈਡ ਯੁਕਤ ਲਹੂ ਹੈ ਉਹ ਫੇਫੜਾ ਤਮਣੀਆ ਰਾਹੀਂ ਫੇਫੜਿਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਤੇ ਫੇਫੜੇ ਨੇ ਜਿਹੜੇ ਉਹ ਸਾਹ ਕਿਰਿਆ ਰਾਹੀਂ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢ ਦਿੰਦੇ ਨੇ ਤਾਂ ਇਸ ਤਰ੍ਹਾਂ ਬੱਚੇ ਦਿਲ ਦੇ ਵਿੱਚੋਂ ਲਹੂ ਆ ਜਿਹੜਾ ਦੋ ਵਾਰੀ ਚੱਕਰ ਕੱਟਦਾ ਹੈ ਇੱਕ ਵਾਰੀ ਤਾਂ ਦਿਲ ਤੋਂ ਫੇਫੜਿਆਂ ਵੱਲ ਤੇ ਦੂਜੀ ਵਾਰੀ ਕਦੋਂ ਦਿਲ ਤੋਂ ਸਰੀਰ ਦੇ ਸਾਰੇ ਭਾਗਾਂ ਵੱਲ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਨੁੱਖ ਦੀ ਲਹੂ ਗੇੜ ਪ੍ਰਣਾਲੀ ਆ ਉਹ ਦੋਹਰੀ ਲਹੂ ਗੇੜ ਪ੍ਰਣਾਲੀ ਆ ਕਿਉਂਕਿ ਇੱਕ ਵਾਰੀ ਦਿਲ ਦੇ ਵਿੱਚੋਂ ਲਹੂ ਆ ਜਿਹੜਾ ਸਾਡੇ ਫੇਫੜਿਆਂ 'ਚ ਚੱਕਰ ਲਗਾਉਂਦਾ ਹੈ ਤੇ ਦੂਜੀ ਵਾਰੀ ਦਿਲ ਤੋਂ ਲਹੂ ਆ ਜਿਹੜਾ ਸਾਡੇ ਸਰੀਰ ਦੇ ਸਾਰੇ ਭਾਗਾਂ ਵਿੱਚ ਚੱਕਰ ਲਗਾਉਂਦਾ ਹੈਗਾ ਇਸ ਲਈ ਸਾਡੇ ਸਰੀਰ ਦੇ ਵਿੱਚ ਕਿਹੜੀ ਲਹੂ ਗੇੜ ਪ੍ਰਣਾਲੀ ਆ ਬੱਚੇ ਦੋਹਰੀ ਲਹੂ ਗੇੜ ਪ੍ਰਣਾਲੀ ਹਾਂਜੀ ਬੱਚੇ ਆਪਣਾ ਅਗਲਾ ਪ੍ਰਸ਼ਨ ਹੈ ਕਲਮ ਲਗਾਉਣਾ ਅਤੇ ਦਾਬ ਲਗਾਉਣ ਵਿੱਚ ਮੁੱਖ ਅੰਤਰ ਲਿਖੋ ਤਾਂ ਬੱਚੇ ਉਸੇ ਤਰ੍ਹਾਂ ਹੀ ਆਪਾਂ ਇੱਕ ਪਾਸੇ ਕਲਮ ਲਗਾਉਣਾ ਲਿਖ ਲੈਣਾ ਤੇ ਦੂਸਰੇ ਪਾਸੇ ਦਾਬ ਲਗਾਉਣਾ ਤਾਂ ਪਹਿਲਾਂ ਦੇਖੋ ਕਲਮ ਲਗਾਉਣਾ ਇਸ ਵਿਧੀ ਵਿੱਚ ਪੌਦੇ ਦੀ ਟਾਣੀ ਨੂੰ ਪੌਦੇ ਨਾਲੋਂ ਕੱਟ ਕੇ ਵੱਖ ਕਰ ਲਿਆ ਜਾਂਦਾ ਹੈ ਜਦ ਕਿ ਦਾਬ ਲਗਾਉਣਾ ਵਿਧੀ ਦੇ ਵਿੱਚ ਕੀ ਹੁੰਦਾਗਾ ਇਸ ਵਿਧੀ ਵਿੱਚ ਪੌਦੇ ਨਾਲ ਲੱਗੀ ਟਹਿਣੀ ਨੂੰ ਮੋੜ ਕੇ ਸਿੱਲੀ ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ ਹਾਂਜੀ ਕਲਮ ਲਗਾਉਣਾ ਵਿਧੀ ਵਿੱਚ ਟਹਿਣੀ ਦਾ ਸੰਪਰਕ ਮੁੱਖ ਪੌਦੇ ਨਾਲੋਂ ਕੱਟ ਦਿੱਤਾ ਜਾਂਦਾ ਹੈ ਜਦਕਿ ਦਾਬ ਲਗਾਉਣਾ ਵਿਧੀ ਵਿੱਚ ਟਾਣੀ ਦਾ ਸੰਪਰਕ ਮੁੱਖ ਪੌਦੇ ਨਾਲੋਂ ਨਹੀਂ ਕੱਟਿਆ ਜਾਂਦਾ ਹਾਂਜੀ ਕਲਮ ਲਗਾਉਣਾ ਵਿਧੀ ਵਿੱਚ ਦੇਖੋ ਕਲਮ ਨੂੰ ਸ਼ੁਰੂ ਤੋਂ ਹੀ ਮੁੱਖ ਪੌਦੇ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ ਜਦਕਿ ਦਾਬ ਲਗਾਉਣਾ ਵਿਧੀ ਦੇ ਵਿੱਚ ਕੀ ਹੁੰਦਾ ਬੱਚੇ ਜੜਾਂ ਦੇ ਪੈਦਾ ਹੋਣ ਉਪਰੰਤ ਹੀ ਦਾਬ ਨੂੰ ਵੱਖ ਕੀਤਾ ਜਾਂਦਾ ਹੈ ਹਾਂਜੀ ਬੱਚੇ ਇਸ ਤੋਂ ਬਾਅਦ ਆਪਣਾ ਲਾਸਟ ਪ੍ਰਸ਼ਨ ਆ ਗਿਆ ਮਨੁੱਖੀ ਮਾਦਾ ਵਿੱਚ ਲਿੰਗੀ ਚੱਕਰ ਦਾ ਵਰਣਨ ਕਰੋ ਹਾਂਜੀ ਦੇਖੋ ਮਨੁੱਖੀ ਮਾਦਾ ਵਿੱਚ ਲਿੰਗੀ ਚੱਕਰ ਦਾ ਵਰਣਨ ਕਰੋ ਮਨੁੱਖੀ ਮਾਦਾ ਵਿੱਚ ਮਹਾਵਾਰੀ ਤੋਂ ਬਾਅਦ ਅਗਲੇ 28 ਦਿਨਾਂ ਵਿੱਚ ਅੰਡਦਾਨੀ ਤੋਂ ਇੱਕ ਅੰਡਾ ਉਤਪੰਨ ਹੁੰਦਾ ਹੈ ਮਾਸਿਕ ਚੱਕਰ ਬੰਦ ਹੋਣ ਦੇ 10 ਤੋਂ 12 ਦਿਨਾਂ ਬਾਅਦ ਅੰਡਾ ਅੰਡਦਾਨੀ ਤੋਂ ਅਲੱਗ ਹੋ ਜਾਂਦਾ ਹੈ ਇਸ ਨੂੰ ਅੰਡ ਉਤਸਰਜਨ ਕਹਿੰਦੇ ਹਨ 14ਵੇਂ ਦਿਨ ਇਹ ਅੰਡਾ ਬੱਚੇਦਾਨੀ ਤੱਕ ਪਹੁੰਚਦਾ ਹੈ ਅਤੇ ਉੱਥੇ ਇਹ 2 ਦਿਨਾਂ ਤੱਕ ਭਾਵ 16ਵੇਂ ਦਿਨ ਤੱਕ ਸ਼ੁਕਰਾਣੂ ਦਾ ਇੰਤਜ਼ਾਰ ਕਰਦਾ ਹੈ ਜੇਕਰ ਇਸ ਸਮੇਂ ਵਿੱਚ ਅੰਡੇ ਦਾ ਮੇਲ ਸ਼ੁਕਰਾਨੂ ਨਾਲ ਨਹੀਂ ਹੁੰਦਾ ਤਾਂ 28 ਦਿਨਾਂ ਬਾਅਦ ਮੁਰ ਮਹਾਵਾਰੀ ਸ਼ੁਰੂ ਹੋ ਜਾਂਦੀ ਹੈ ਜੇਕਰ ਸ਼ੁਕਰਾਨੂ ਅੰਡੇ ਦਾ ਨਿਸ਼ੇਚਨ ਕਰ ਦਿੰਦਾ ਹੈ ਤਾਂ ਬੱਚੇ ਦੇ ਜਨਮ ਲੈਣ ਤੱਕ ਮਹਾਵਾਰੀ ਚੱਕਰ ਖਤਮ ਹੋ ਜਾਂਦਾ ਹੈ ਅਤੇ ਬੱਚੇਦਾਨੀ ਵਿੱਚ ਬੱਚਾ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਬੱਚੇ ਏਸੀ ਆਪਣਾ ਅੱਜ ਰਿਵੀਜ਼ਨ ਗੈਸ ਪੇਪਰ 3 ਜਿਸ ਨੂੰ ਅੱਜ ਆਪਾਂ ਨੇ ਡਿਸਕਸ ਕੀਤਾ ਹੈਗਾ ਤਾਂ ਬੱਚੇ ਇਸੇ ਤਰ੍ਹਾਂ ਹੀ ਆਪਾਂ ਹੋਰ ਵੀ ਗੈਸ ਪੇਪਰ ਨੇ ਜਿਹੜੇ ਉਹ ਸੋਲਵ ਕਰਦੇ ਰਹਾਂਗੇ ਤਾਂ ਕਿ ਜਿਹੜੀ ਆਪਣੀ ਬੋਰਡ ਦੀ ਪੇਪਰਾਂ ਦੀ ਤਿਆਰੀ ਹੈ ਉਹ ਚੰਗੀ ਤਰ੍ਹਾਂ ਹੋ ਸਕੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ